ਜੀ ਸਟੂਡੈਂਟਸ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਲੈ ਕੇ ਹਾਜ਼ਰ ਹੋਏ ਹਾਂ ਜੀ ਇੱਕ ਵੱਡੀ ਅਪਡੇਟ ਹੈ ਜਿਹੜਾ ਵੱਡਾ ਨੋਟੀਫਿਕੇਸ਼ਨ ਹੈ ਉਹ ETT ਕੇਡਰ 635 ਸੰਬੰਧੀ ਸਿੱਖਿਆ ਵਿਭਾਗ ਵੱਲੋਂ ਜਾਰੀ ਹੋਇਆ ਹੈ ਸੋ ਜੇਕਰ ਪਹਿਲੀ ਵਾਰੀ ਤੁਸੀਂ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਔਰ ਇਸ ਦੇ ਨਾਲ ਹੀ ਤੁਸੀਂ ਸਾਡੇ WhatsApp Telegram ਗਰੁੱਪਸ ਨੂੰ ਜੁਆਇਨ ਕਰ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਆਪਣੇ ਚੈਨਲ ਦੇ ਉੱਪਰ ਆਪਾਂ ਤੁਹਾਡੇ ਲਈ ਪੀਐਸਟੈਟ ਮਾਸਟਰ ਕੇਡਰ ਲੈਕਚਰਰ ਕੇਡਰ ETT ਕੇਡਰ ਤੇ ਹੋਰ ਵੱਖ-ਵੱਖਾ ਇਗਜ਼ਾਮਾਂ ਦੇ ਲਈ ਜੋ ਐਜੂਕੇਸ਼ਨਲ ਮਟੀਰੀਅਲ ਆ ਉਹ ਪ੍ਰੋਵਾਈਡ ਕਰਵਾਉਂਦੇ ਰਹਿੰਨੇ ਆ ਸੋ ਚੈਨਲ ਦੇ ਨਾਲ ਬਣੇ ਰਹਿਣਾ ਜੋ ਅੱਜ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਇਹ ਨੋਟੀਫਿਕੇਸ਼ਨ ਹੋਇਆਗਾ ਦਫ਼ਤਰ ਡਾਇਰੈਕਟੋਰੇਟ ਸਕੂਲ ਐਜੂਕੇਸ਼ਨ ਐਲੀਮੈਂਟਰੀ ਪੰਜਾਬ ਦੇ ਵੱਲੋਂ 635 ETT ਕੈਡਰ ਸੰਬੰਧੀ ਜਿਹੜੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਆਪ ਤੁਹਾਨੂੰ ਦੇਣੀ ਆ ਇਸ ਨੋਟੀਫਿਕੇਸ਼ਨ ਦੇ ਬਾਰੇ ਸੋ ਜੇਕਰ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਨੋਟੀਫਿਕੇਸ਼ਨ ਦੇ ਵਿੱਚ ਸਿੱਖਿਆ ਵਿਭਾਗ ਦੇ ਵੱਲੋਂ ਪੰਜਾਬ ਵਿੱਚ ETT ਕੈਡਰ ਦੀਆਂ 635 ਪੋਸਟਾਂ ਜਿਹੜੀਆਂ ਕੱਢੀਆਂ ਗਈਆਂ ਸੀਆਂ 2021 ਵਿੱਚ ਇਸ ਦੇ ਵਿੱਚ ਜਿਹੜੇ ਵੱਖ-ਵੱਖ ਤਰ੍ਹਾਂ ਦੇ ਨੋਟੀਫਿਕੇਸ਼ਨ ਆ ਉਹ ਦੇ ਕੇ ਉਸ ਤੋਂ ਬਾਅਦ ਜੋ ਜੁਆਇਨ ਤੇ ਅਲਾਟਮੈਂਟ ਤੇ ਸਟੇਸ਼ਨ ਅਲੋਟਮੈਂਟ ਵਗੈਰਾ ਉਹ ਕੀਤੀ ਗਈ ਸੀਗੀ ਕੁਝਕ ਸਟੇਸ਼ਨ ਖਾਲੀ ਰਹੇਗੇ ਸੀ ਜੁਆਇਨ ਨਾ ਕਰਨ ਕਰਕੇ ਪਾਤਰਤਾ ਉਹਨਾਂ ਦੀ ਰਿਜੈਕਟ ਹੋਈ ਸੀ ਜਿਸ ਤੋਂ ਬਾਅਦ 412024 ਤੋਂ ਆਨਲਾਈਨ ਪ੍ਰੋਸੈਸ ਆ ਜਿਹੜਾ 4 ਜਨਵਰੀ ਤੋਂ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਔਰ ਪੋਰਟਲ ਦੇ ਉੱਪਰ ਜਿਹੜੀ ਕਾਰਵਾਈ ਆ ਕੀਤੀ ਗਈ ਸੀਗੀ ਜਿਸ ਦੇ ਅਨੁਸਾਰ MIS ਵਿੰਗ ਦੇ ਵੱਲੋਂ ਯੋਗ ਉਮੀਦਵਾਰਾਂ ਨੂੰ ਅਲਰਟ ਕੀਤਾ ਗਿਆ ਜਿਹੜੇ ਸਟੇਸ਼ਨ ਉਹਨਾਂ ਦੀ ਆਈਡੀ ਵਿੱਚ ਅਪਲੋਡ ਕਰ ਦਿੱਤੇ ਗਏ ਹਨ ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਜੋ ਉਮੀਦਵਾਰ ਵਗਿਆਪਨ ਮਿਤੀ 30/7/2021 ਅਧੀਨ ਪਹਿਲਾਂ ਹੀ ਚੁਣੇ ਗਏ ਸਨ ਵਿਭਾਗ ਵੱਲੋਂ ਉਹਨਾਂ ਨੂੰ ਉਹ ਵੀ ਪਹਿਲਾਂ ਹੀ ਜੋ ਨਿਯੁਕਤੀ ਪੱત્રਾ ਉਹ ਜਾਰੀ ਕੀਤੇ ਜਾ ਚੁੱਕੇ ਹੈ ਤੇ ਅਜਿਹੇ ਦੇ ਵਿੱਚ ਹਾਜ਼ਰ ਹੋਣ ਉਪਰੰਤ ਸਰਕਾਰੀ ਨੌਕਰੀ ਤੇ ਬਤੌਰੀਟੀ ਦੀ ਕੰਮ ਕਰ ਰਹੇ ਆ ਜਿਹੜੇ ਓ ਵੀ ਇਸ ਦੇ ਵਿੱਚ ਸ਼ਾਮਲ ਹੈ ਤਾਂ ਇਸ ਤੋਂ ਬਾਅਦ ਹੁਣ ਜੇਕਰ ਦੂਜਾ ਕਲੋਜ਼ ਆਪਾਂ ਪੜੀਏ ਤਾਂ ਇਹ ਕਹਿੰਦੇ ਕਿ ਯੋਗ ਉਮੀਦਵਾਰਾਂ ਨੂੰ ਜਿਸ ਜ਼ਿਲ੍ਹੇ ਦੇ ਵਿੱਚ ਸਟੇਸ਼ਨ ਅਲਾਰਟ ਹੋਇਆ ਹੈ ਉਸ ਸਿਲੈਕਸ਼ਨ ਕਾਪੀ ਦੇ ਨਤੀਜੇ ਦੇ ਕਾਪੀ ਦੇ ਜਿਹੜੇ ਹੈ ਉਹਨਾਂ ਨੂੰ ਲੈ ਕੇ ਆਨਲਾਈਨ ਸਟੇਸ਼ਨ ਅਲਾਟਮੈਂਟ ਦੀ ਕਾਪੀ ਸਵੈ ਘੋਸ਼ਣਾ ਪੱਤਰ ਇਹ ਸਭ ਕੁਝ ਨਾਲ ਲੈ ਕੇ ਆਪਣੇ ਆਈਡੀ ਪ੍ਰੂਫ ਨਾਲ ਲੈ ਕੇ ਜ਼ਿਲ੍ਹਾ ਸਿੱਖਿਆ ਅਫਸਰ ਦਫ਼ਤਰ ਵਿਖੇ ਪਹੁੰਚ ਕੇ ਆਪਣਾ ਨਿਯੁਕਤੀ ਪੱਤਰ ਜਿਹੜਾ ਉਹ ਪ੍ਰਾਪਤ ਕਰ ਸਕਦੇ ਆ ਸੋ ਇੱਥੇ ਹੁਣ ਇਹ ਚੀਜ਼ ਵੀ ਕਲੀਅਰ ਹੋ ਚੁੱਕੀ ਹੈ ਕਿ ਅਗਲੀ ਲਿਸਟ ਹੁਣ ਕੋਈ ਨਹੀਂ ਆਵੇਗੀ ਜੋ ਫੁੱਲ ਇਹਦੀ ਸਿਸਟਮ ਹੈ ਉਹ ਆ ਚੁੱਕਿਆ ਹੈ ਤੇ ਇਸ ਦੇ ਵਿੱਚ ਜੋ ਉਮੀਦਵਾਰ 4 ਜਨਵਰੀ 2024 ਵਾਲੇ ਪ੍ਰੋਸੈਸ ਤੋਂ ਬਾਅਦ ਸਿਲੈਕਟ ਹੋਏ ਆ ਉਹਨਾਂ ਨੂੰ ਜਿਹੜਾ ਇਹਨਾਂ ਨੇ ਮੇਲ ਅਤੇ ਵੱਖ-ਵੱਖ ਸੰਚਾਰ ਮਾਧਿਅਮ ਦਾ ਰਾਹੀਂ ਉਹਨਾਂ ਦੀ ਡਿਟੇਲ ਆ ਜਿਹੜੀ ਉਹ ਦੇ ਦਿੱਤੀ ਹੈ ਉਹ ਹੁਣ ਜਿਹੜੇ ਸਟੇਸ਼ਨ ਉਹਨਾਂ ਨੂੰ ਅਲਾਟ ਹੋਏ ਆ ਉਸ ਸਟੇਸ਼ਨ ਤੇ ਜਾ ਕੇ ਆਪਣੀ ਜੁਆਇਨਿੰਗ ਜਿਹੜੀ ਉਹ ਕਰ ਸਕਦੇ ਆ ਸੋ ਜ਼ਿਲ੍ਹਾ ਸਿੱਖਿਆ ਅਫਸਰ ਦੇ ਨਾਲ ਮਿਲ ਕੇ ਆਪਣੇ ਨਿਯੁਕਤੀ ਪੱਤਰ ਜਿਹੜੇ ਉਹ ਪ੍ਰਾਪਤ ਕਰ ਸਕਦੇ ਆ ਉਸ ਦੇ ਵਿੱਚ ਇਹਨਾਂ ਨੇ ਇਹ ਵੀ ਦੱਸਤਾ ਕਿ ਕੀ ਕੁਝ ਤੁਸੀਂ ਨਾਲ ਲੈ ਕੇ ਜਾਣਾ ਸੋ ਇਸ ਤਰ੍ਹਾਂ ਹੁਣ ਜਿਹੜਾ ਆਪਣਾ ਈਟੀਟੀ ਸ਼ਾਰਟ ਸੋ 35 ਐ ਇਸ ਤੇ ਵੀ ਲਗਭਗ ਫੁੱਲ ਸਟਾਪ ਆ ਜਿਹੜਾ ਲੱਗ ਚੁੱਕਿਆ ਜੇਕਰ ਕੋਈ ਆਇਆ ਵੀ ਤਾਂ ਇੱਕ ਅੱਧੀ ਪਾਵੇਂ ਦੀ ਆ ਜੇ ਨਹੀਂ ਆਦਰਵਾਇਜ਼ ਇਸ ਤੇ ਵੀ ਫੁੱਲ ਸਟਾਪ ਆ ਜਿਹੜਾ ਉਹ ਮੋਸਟਲੀ ਹੁਣ ਲੱਗ ਚੁੱਕਿਆ ਹੈ ਸੋ ਇਸ ਦੇ ਨਾਲ ਹੀ ਨੈਕਸਟ ITT ਭਰਤੀ ਦਾ ਜਿਹੜਾ ਰਾ ਹੈ ਉਹ ਵੀ ਪੱਧਰਾ ਹੋ ਚੁੱਕਿਆ ਹੈ ਮਾਸਟਰ ਕੈਟਰ ਦਾ ਰਾ ਵੀ ਇਸ ਦੇ ਨਾਲ ਹੀ ਪੱਧਰਾ ਹੋ ਜਾਵੇਗਾ ਔਰ ਉੱਤੇ ਹੀ ਲੈਕਚਰਰ ਕੈਟਰ ਦੀ ਭਰਤੀ ਵੀ ਹੈ ਜਿਹੜੀ ਉਹ ਵੀ ਇੱਕ ਤੋਂ ਡੇਢ ਮਹੀਨੇ ਦੇ ਅੰਦਰ ਅੰਦਰ ਜਿਹੜੀ ਉਹ ਆ ਜਾਵੇਗੀ ਸੋ ਕੋਈ ਵੀ ਹੋਰ ਅਪਡੇਟ ਆਉਂਦੀ ਹੈ ਪਾ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਨੈਕਸਟ ਵੀਡੀਓ ਵਿੱਚ ਆਪਾਂ ਤੁਹਾਡੇ ਕੁਝ ਕੁਐਸਚਨਾਂ ਦੇ ਆਨਸਰ ਵੀ ਦੇਵਾਂਗੇ ਉਹ ਵੀਡੀਓ ਵੀ ਆਪਾਂ ਅੱਜ ਅਪਲੋਡ ਕਰ ਦੇਵਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਉਹ ਤੁਸੀਂ ਪੁੱਛ ਸਕਦੇ ਹੋ ਉਸ ਦੇ ਉੱਪਰ ਵੀ ਆਪਾਂ ਜਿਹੜਾ ਕਿਊ ਐਨ ਏ ਉਹ ਬਣਾ ਦੇਵਾਂਗੇ ਤੁਸੀਂ ਵਟਸਐਪ ਗਰੁੱਪ ਟੈਲੀਗ੍ਰਾਮ ਗਰੁੱਪਸ ਨੂੰ ਜ਼ਰੂਰ ਜੁਆਇਨ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਐਜੂਕੇਸ਼ਨਲ ਵੀਡੀਓ ਦੇ ਨਾਲ ਐਜੂਕੇਸ਼ਨਲ ਅਪਡੇਟ ਦੇ ਨਾਲ ਹੁਣ ਲਈ ਇੰਨਾ ਹੀ ਧੰਨਵਾਦ